ਗੁਰਮੀਤ ਸਿੰਘ ਕਾਲ, ਮੇਰੇ ਫਾਦਰ ਦਾ ਨਾਂ ਹਜ਼ਾਰਾ ਸਿੰਘ ਕਾਲ, ਮੇਰੇ ਦਾਦਾ ਜੀ ਦਾ ਨਾਂ ਖੜਕ ਸਿੰਘ ਕਾਲ। ਅਸੀਂ ਪਿੰਡ ਬੂੜਾ ਡੱਲਾ ਦੇ ਰਹਿਣ ਵਾਲੇ ਹਾਂ। ਮੇਰਾ ਜਨਮ ਇੱਥੋਂ ਬੂੜਾ ਡੱਲਾ ਵਿੱਚ ਹੋਇਆ ਅਤੇ ਸੰਨ 1945 ਵਿੱਚ ਮੈਂ 45 ਤੋਂ ਗਿਆ ਵਾਪਸ ਹੁਣ ਸੰਨ 1920 ਵਿੱਚ ਆਪਣਾ ਪਿੰਡ ਦੇਖਣਾ ਹੈ। ਉੱਥੇ ਕਿਹੜਾ ਪਿੰਡ ਹੈਗਾ ਤੁਹਾਡਾ? ਉੱਥੇ ਪਿੰਡ ਸਾਡਾ ਇੰਡੀਆ ਵਿੱਚ ਹੁਣ ਕਾਲਾ ਅਫਗਾਨਾ, ਕਾਲਾ ਅਫਗਾਨਾ ਡਿਸਟ ਗੁਰਦਾਸਪੁਰ 'ਚ। ਅੱਛਾ, ਹਾਂਜੀ। ਅਤੇ ਹੁਣ ਲਗਭਗ 75 ਸਾਲ ਬਾਅਦ ਆਪਣਾ ਪਿੰਡ ਵੇਖਣਾ ਹੈ, ਆਪਣਾ ਪਿੰਡ ਦੇਖਣਾ ਹੈ। ਤੁਹਾਡਾ ਜਨਮ ਇੱਥੇ ਹੋਇਆ ਸੀ? ਇੱਥੇ ਹੋਇਆ, ਪਿੰਡ ਬੂੜਾ ਡੱਲਾ ਵਿੱਚ। ਅੱਛਾ, ਅਤੇ ਜ਼ਿਲ੍ਹਾ ਕਿਹੜਾ ਪੈਂਦਾ ਸੀ ਤੁਹਾਨੂੰ? ਸਾਨੂੰ ਸ਼ੇਖੂਪੁਰ ਜ਼ਿਲ੍ਹਾ ਪੈਂਦਾ। ਅੱਛਾ, ਉਸ ਵੇਲੇ ਸ਼ੇਖੂਪੁਰਾ ਪੈਂਦਾ। ਹਾਂਜੀ, ਉਸ ਵੇਲੇ। ਅਤੇ ਕੀ ਤੁਹਾਡੇ ਪਿਤਾ ਜੀ ਨੇ, ਜ਼ਹਰਾ ਤੁਸੀਂ ਤਾਂ ਬਹੁਤ ਛੋਟੇ ਸੀਗੇ, ਤੁਹਾਡੇ ਪਿਤਾ ਜੀ ਨੇ ਕੀ ਦੱਸਿਆ ਤੁਹਾਨੂੰ ਕਿ ਕਿੱਦਾਂ ਦਾ ਪਿੰਡ ਸੀ ਤੁਹਾਡਾ? ਉਹ ਆਪ ਬਹੁਤ ਮਚਿਓਰ ਨਹੀਂ ਸਨ, ਪਰ ਉਹਨਾਂ ਦੀ ਸ਼ਾਦੀ ਅਰਲੀ ਏਜ ਵਿੱਚ ਹੋ ਗਈ ਸੀ ਅਤੇ ਅਸੀਂ ਉਸ ਟਾਈਮ ਵਿੱਚ 1947 ਤੋਂ ਪਹਿਲਾਂ ਤਿੰਨ ਭਰਾ ਸੀਗੇ। ਹਾਂਜੀ, ਇੱਕ ਸੁਰਿੰਦਰ ਸਿੰਘ ਕਾਲਮ ਸੀ, ਦੂਜਾ ਮੈਂ ਸੀ। ਅੱਛਾ, ਅਜੇ ਤੀਜਾ ਕਸ਼ਮੀਰ ਸਿੰਘ। ਤੀਜਾ ਕਸ਼ਮੀਰ ਸਿੰਘ। ਅੱਛਾ, ਅਤੇ ਤੁਹਾਡੇ ਪਿਤਾ ਜੀ ਕਿੰਨੇ ਭਰਾ ਸੀਗੇ ਇਸ ਪਿੰਡ ਦੇ ਵਿੱਚ? ਸਾਡਾ ਪਿਤਾ ਜੀ ਇੱਕੋ ਇੱਕ ਭਰਾ ਸੀ। ਅੱਛਾ, ਸਾਡਾ ਬਾਬਾ ਜੀ ਵੀ ਇੱਕੋ ਇੱਕ ਭਰਾ ਸੀ। ਅੱਛਾ, ਇੱਕੋ ਇੱਕ ਇਕੱਲੇ ਆਪਣੇ ਬਾਪ ਦੇ ਹਨ। ਅੱਛਾ, ਅਤੇ ਸਾਡੇ ਦਾਦਾ ਜੀ ਵੀ, ਪੜਦਾਦਾ ਜੀ ਵੀ ਸੁਣਿਆ ਪਈ ਵੀ ਇੱਕ ਹੀ ਸੀ। ਅੱਛਾ, ਤੁਸੀਂ ਦਾਦਾ ਜੀ ਬਾਰੇ ਦੱਸ ਰਹੇ ਸੀ, ਉਹਨਾਂ ਦੀ ਡੈਥ ਇੱਥੇ ਹੋਈ ਸੀਗੀ? ਹਾਂ, ਉਹਨਾਂ ਦੀ ਡੈਥ ਸੰਨ 1947 ਤੋਂ ਪਹਿਲਾਂ ਹੋਈ ਸੀ। 1947 ਤੋਂ ਪਹਿਲਾਂ ਹੋਈ ਸੀ। ਅੱਛਾ, ਇਸੇ ਪਿੰਡ ਦੀ। ਅੱਛਾ ਅੱਛਾ, ਕੋਈ ਪਤਾ ਹੈ ਇਸ ਪਿੰਡ ਦੇ ਵਿੱਚ ਕਿ ਕੌਣ ਕੌਣ ਰਹਿੰਦੇ ਸੀਗੇ? ਕੋਈ ਮੁਸਲਮਾਨ ਵੀਰਾਂ ਦਾ ਜਾਂ ਕੋਈ ਸਿੱਖ ਵੀਰ ਹੋਰ ਜਿਹੜੇ ਇੱਥੇ ਪੁਰਾਣੇ ਵੱਸਦੇ ਸੀ, ਕੋਈ ਉਹਨਾਂ ਦੇ ਨਾਮ ਚੇਤਾ ਨੇ? ਹਾਂਜੀ, ਸਾਡੀ ਬਰਾਦਰੀ ਸਾਰੀ ਇੱਥੇ ਹੀ ਵੱਸਦੀ ਸੀ। ਕੁਛ ਮਤਲਬ ਵੀ ਹੈ, ਅਸੀਂ ਫਿਰ ਇਕੱਠੇ ਹੀ ਇੱਕੋ ਪਿੰਡ ਵਿੱਚ ਰਹਿੰਦੇ ਹਾਂ। ਅੱਛਾ, ਹਾਂਜੀ। ਇੱਕ ਸਾਡਾ ਹੈਗਾ, ਇਸ ਵੇਲੇ ਜਿਹੜੇ ਜਿਉਂਦੇ ਨੇ ਉਹਨਾਂ ਵਿੱਚੋਂ ਹੈਗਾ ਸੇਵਾ ਸਿੰਘ ਕਾਲ। ਅੱਛਾ, ਇੱਕ ਇਕਬਾਲ ਸਿੰਘ ਕਾਲ, ਅਤੇ ਬਾਕੀ ਹੋਰ ਕਾਫੀ ਸਾਡੇ ਪਿੰਡ ਦੇ ਇੱਥੇ ਹੈਗੇ ਨੇ, ਪਰ ਬਹੁਤ ਜ਼ਿਆਦਾ ਮੈਂ ਇੱਥੋਂ ਸੰਨ 74 ਵਿੱਚ ਮੈਂ USA ਵਾਪਸ ਚਲਾ ਗਿਆ। ਅੱਛਾ ਅੱਛਾ, ਯਾਨੀ ਕਿ ਅੱਜ ਤੋਂ ਤਕਰੀਬਨ 45 ਸਾਲ ਪਹਿਲਾਂ ਤੁਸੀਂ USA ਚਲੇ ਗਏ। ਅੱਛਾ ਅੱਛਾ, ਹੁਣ ਤੁਸੀਂ ਤਾਂ ਚਲੋ ਉਦੋਂ 3-4 ਸਾਲ ਦੇ ਸੀਗੇ, ਲੇਕਿਨ ਚਲੋ ਤੁਹਾਡੇ ਵੱਡਿਆਂ ਨੇ ਤੁਹਾਨੂੰ ਦੱਸਿਆ ਹੋਣਾ, ਔਰ ਜਿੱਥੇ ਵੈਸੇ ਵੀ ਜਿੱਥੋਂ ਸਿਆਣੇ ਕਹਿੰਦੇ ਨੇ ਕਿ ਤੁੰਨੀ ਜੁੜੇ ਹੋਵੇ ਉਦੋਂ ਖਿੱਚ ਪੈਂਦੀ ਹੈ। ਹਾਂਜੀ। ਅਤੇ ਕੀ ਖਿਆਲਾਤ, ਕੀ ਜਜ਼ਬਾਤ ਕਿ ਮੈਂ ਕੱਲ੍ਹ ਜਿਹੜਾ ਹੈ ਆਪਣੇ ਪਿੰਡ ਜਾ ਰਿਹਾ? ਪਿੰਡ ਤਾਂ ਤੁਹਾਡਾ ਸੀ, ਲੱਭ ਲਿਆ ਅਤੇ ਕੱਲ੍ਹ ਆਪਾਂ ਉੱਥੇ ਜਾ ਰਹੇ ਹਾਂ, ਤੁਹਾਡੇ ਕੀ ਜਜ਼ਬਾਤ ਨੇ? ਮੈਨੂੰ ਬਹੁਤ ਚੇਤਾ ਆਉਂਦਾ ਵੀ ਅਸੀਂ ਛੋਟੇ ਛੋਟੇ ਹੁੰਦੇ ਸੀ। ਮੈਨੂੰ ਪੂਰਾ ਮਤਲਬ ਵੀ ਉਹ ਨਕਸ਼ਾ ਤਾਂ ਨਹੀਂ ਯਾਦ ਹੈਗਾ, ਪਰ ਜਿਸ ਤਰ੍ਹਾਂ ਸਾਡੇ ਬਾਹਰ ਇੱਕ ਘਰ ਦੇ ਡਿਉੜੀ ਹੁੰਦੀ ਸੀ, ਉਸ ਤੋਂ ਬਾਹਰ ਲਾਗੇ ਹੀ ਸਾਡੇ ਇੱਕ ਦੱਸਦੇ ਵੀ ਬਹੁਤ ਵੱਡਾ ਖੂਹ ਹੁੰਦਾ ਸੀ, ਪਰ ਅਸੀਂ ਉਹ ਖੂਹ 'ਤੇ ਖੇਡਦੇ ਰਹੇ ਹਾਂ। ਅਤੇ ਕੁਛ ਮੈਨੂੰ ਇੰਨਾ ਚੇਤਾ ਵੀ ਦੱਸਦੇ ਦੁਕਾਨਾਂ ਹੁੰਦੀਆਂ ਸੀ ਲਾਗੇ। ਅੱਛਾ, ਬਾਜ਼ਾਰ। ਹਾਂਜੀ। ਅਤੇ ਤਜੱਸਸ ਹੈ ਸੀ ਪਾਕਿਸਤਾਨ ਆਉਣ ਦਾ ਜਾਂ ਆਪਣੇ ਪਿੰਡ ਆਉਣ ਦਾ ਕਿ ਜਿੱਥੇ ਮੇਰਾ ਜਨਮ ਹੋਇਆ ਉਹ ਥਾਂ 'ਤੇ ਵੇਖਾਂ ਮੈਂ, ਦਿਲ 'ਚ ਖਵਾਹਿਸ਼ ਹੈ ਸੀ? ਹਾਂਜੀ, ਬਹੁਤ ਚਿਰ ਤੋਂ ਸੀ ਖਵਾਹਿਸ਼ ਵੀ ਮੈਂ ਆਪਣੇ ਪਿੰਡ ਜਾ ਕੇ ਦੇਖ ਕੇ ਆਉਣਾ। ਅੱਛਾ, ਅਤੇ ਤੁਹਾਡੇ ਪਿਤਾ ਜੀ ਆਪਣੇ ਪਿੰਡ ਦਾ ਜ਼ਿਕਰ ਕਰਦੇ ਸੀਗੇ? ਹਾਂਜੀ, ਉਹ ਆਪ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ, ਉਹ ਆਪ ਆਣ ਕੇ ਇੱਥੇ ਸਾਰਾ ਦੇਖ ਕੇ ਗਏ ਆ, ਪਰ ਜਿਹੜੇ ਉਹਨਾਂ ਦੇ ਨਾਲ ਸਾਈ ਭਰਾ ਸਨ ਉਹ ਉਹਨਾਂ ਨੂੰ ਮਿਲੇ ਆ, ਪਰ ਹੁਣ ਉੱਥੇ ਮੈਨੂੰ ਉਹਨਾਂ ਦਾ ਕਿਸੇ ਦਾ ਕੋਈ ਯਾਦ ਨਹੀਂ ਗਾ ਵੀ ਕੀ ਪਹਿਲਾਂ ਉਹ ਨਾਂ ਦੱਸਦੇ ਹੁੰਦੇ, ਪਰ ਮੈਨੂੰ ਭੁੱਲ ਗਏ ਨੇ। ਅੱਛਾ, ਜਿਹੜੇ ਉਹਨਾਂ ਦੇ ਦੋਸਤ ਸੀਗੇ ਮੁਸਲਮਾਨ ਜਿਹਨਾਂ ਨਾਲ ਉਹ ਕੰਮ ਕਰਦੇ ਸੀ ਖੇਤਾਂ ਵਿੱਚ, ਮੇਰੇ ਪਿਤਾ ਜੀ ਖੇਤੀ ਕਰਦੇ ਸੀ। ਅੱਛਾ, ਅਤੇ ਖੇਤਾਂ ਵਿੱਚ ਜਿਹੜੇ ਕੰਮ ਕਰਦੇ ਸੀ ਉਹ ਉਹਨਾਂ ਦੇ ਨਾਂ ਉਹਨਾਂ ਨੂੰ ਯਾਦ ਸੀ, ਅਤੇ ਉਹ ਵੀ ਉਹਨਾਂ ਨੂੰ ਯਾਦ ਬਹੁਤ ਕਰਦੇ ਸੀ ਜਦ ਇੱਥੇ ਆਏ ਆ ਵਾਪਸ ਉਹਨਾਂ ਨੂੰ ਮਿਲਣ ਅਤੇ ਆਪਣਾ ਘਰ ਦੇਖਣ। ਉਹਨਾਂ ਨੂੰ ਹੈਗਾ ਸੀ ਵੀ ਮੈਂ ਆਪਣਾ ਘਰ ਜਾ ਕੇ ਦੇਖਣਾ, ਕੁਛ ਉਹਨਾਂ ਨੂੰ ਸੀ ਵੀ ਮੇਰਾ ਕੁਛ ਉੱਥੇ ਰਹਿ ਗਿਆ। ਅੱਛਾ, ਹਾਂ।
ਤੇ ਉਹ ਜ਼ਰੂਰ ਆਣ ਕੇ ਦੇਖ ਕੇ ਫਿਰ ਉਹ ਉਹਨਾਂ ਜਿਹੜੇ ਨਾਲ ਕੰਮ ਕਰਦੇ ਹੁੰਦੇ ਸੀ ਉਹਨਾਂ ਨੂੰ ਮਿਲ ਕੇ ਕੁਛ ਗਿਫਟਾਂ ਵੀ ਦੇ ਕੇ ਗਏ ਉਹਨਾਂ ਨੂੰ। ਅੱਛਾ 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 ਚਲੋ ਜੀ, ਕੱਲ੍ਹ ਸੁਬਹਾ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਡੇ ਪਿੰਡ। ਉਮੀਦ ਹੈ ਐਸਾ ਕਿ ਉੱਥੇ ਤੁਹਾਡੇ ਵੱਡ ਵਡੇਰਿਆਂ ਦੇ ਕੋਈ ਯਾਰ ਬੇਲੀ ਸੱਜਣ ਵੀ ਜਿਹੜੇ ਉਹ ਮਿਲਣ, ਅਤੇ ਹੁਣ ਅੱਜ ਦੀ ਰਾਤ ਤੁਹਾਡੀ ਔਖੀ ਗੁਜ਼ਰੇਗੀ? ਨਹੀਂ, ਸੌਖੀ ਗੁਜ਼ਰੇਗੀ ਕੁਛ, ਮੇਰਾ ਜਿੰਨਾ ਮੈਨੂੰ ਚਾਹ ਸੀ ਦੇਖਣ ਦਾ, ਹੁਣ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਕੋਲ ਮੇਰਾ ਸਾਥੀ ਇੱਕ ਆ ਗਿਆ, ਮੈਨੂੰ ਆਪਣੇ ਪਿੰਡ ਲੈ ਕੇ ਜਾਏਗਾ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਜ਼ਰੂਰ ਤੁਹਾਡੇ ਪਿੰਡ ਲੈ ਕੇ ਜਾਵਾਂਗੇ। ਉੱਪਰ ਨਾਮ ਲਿਖੇ ਨੇ ਨਾਰਾਇਣ ਸਿੰਘ। ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਹੋਰ ਪਿੰਡ ਵਾਲੇ ਦੱਸਦੇ, ਉਹ ਇਹੀ ਦੱਸਦੇ ਹੁੰਦੇ ਵੀ ਖੂਹ ਸੀ ਚੌਂਕ ਦੇ ਵਿੱਚ, ਬਹੁਤ ਵੱਡਾ ਖੂਹ ਸੀ, ਉਹਨਾਂ ਟੂਟੀਆਂ ਲੱਗੀਆਂ ਸੀ, ਲੋਕ ਉੱਥੇ ਨਹਾਉਂਦੇ ਸੀ, ਪਾਣੀ ਲੈਂਦੇ ਸੀ। ਹਾਂਜੀ ਹਾਂ ਬਿਲਕੁਲ, ਲੋਕ ਉੱਥੇ ਬਹਿ ਕੇ ਤਾਸ਼ ਖੇਡਦੇ ਹੁੰਦੇ, ਉਹਦੇ ਲਾਗੇ ਦੁਕਾਨਾਂ ਸਨ। ਸਰਦਾਰ ਕੰਮ ਘੱਟ ਘੱਟ ਕਰ ਰਹੇ, ਨੌਕਰੀ ਜ਼ਿਆਦਾ ਕੰਮ ਕਰ ਰਹੇ, ਚੌਧਰੀ। ਹਾਂਜੀ, ਹੁਣ ਮੈਨੂੰ ਚੌਧਰੀ ਦੇ ਨਾਂ ਦਾ ਨਹੀਂ ਪਤਾ ਜਿਹੜੇ ਨਾਲ ਕੰਮ ਕਰਦੇ ਸੀ, ਤੇ ਪਰ ਇੱਕ ਇੱਕ ਦੋ ਚੌਧਰੀ ਸੀ ਮੇਰੇ ਫਾਦਰ ਸਾਹਿਬ ਆਣ ਕੇ ਮਿਲ ਕੇ ਵੀ ਗਏ ਆ ਉਹਨਾਂ ਨੇ, ਤੇ ਉਹ ਹੁਣ ਪੂਰੇ ਹੋ ਗਏ ਆ। ਫਾਦਰ ਸਾਹਿਬ ਮੇਰੇ ਤੋਂ ਵੱਡਾ ਭਾਈ ਸੀ, ਉਹ ਵੀ ਆਏ ਸੀ, ਉਹ ਵੀ ਪੂਰੇ ਹੋ ਗਏ ਆ। ਤੇ ਹੁਣ ਮੈਂ ਕਿਹਾ ਵੀ ਮੈਂ ਆਪਣਾ ਘਰ ਦੇਖਣਾ, ਵੀ ਜਾ ਕੇ ਦੇਖ ਕੇ ਆਈਏ ਪਿੰਡ ਦੇਖਣਾ। ਹਾਂਜੀ, ਤੇ ਮੈਂ ਲੱਭਦਾ ਸੀ ਵੀ ਕਿਹੜਾ ਮਤਲਬ ਘਰ ਕਿਹੜਾ ਆ, ਤੇ ਕੋਈ ਉਸ ਟਾਈਮ ਦਾ ਬੰਦਾ ਹੋਏ ਤੇ ਮਿਲੇ ਤੇ ਮੈਨੂੰ ਦੱਸੇ। ਉਹਨੂੰ ਪਤਾ ਹੋ ਸਕਦਾ, ਜੇ ਤੁਸੀਂ ਇੱਥੋਂ ਦੇ ਵਸਨੀਕ ਨਹੀਂ ਜੇ ਤਾਂ ਫਿਰ ਮਤਲਬ ਕਿ ਪਤਾ ਨਹੀਂ ਗਾ ਵੀ ਇਹ ਕਿਹਦਾ ਘਰ ਸੀ ਤੇ ਕਿਹਦਾ ਘਰ। ਇਹ ਮੇਰਾ ਸਾਰਾ ਸਾਡਾ ਜਿਹੜਾ ਹੌਸਲਾ ਸਾਡਾ ਜਿਹੜਾ ਹੌਸਲਾ, ਹਾਂਜੀ ਹਾਂ, ਚੰਗੇ ਅਸੀਂ ਬੈਠੇ ਹਾਂ ਉੱਥੇ ਘਰ ਕੋਲ ਉਮਰ ਸਹੀ ਹੈ। ਆਦੂ ਕੋਈ ਆਦੂ ਨਾਮ ਦਾ ਬੰਦਾ, ਆਦੂ ਫੌਤ ਹੋ ਗਿਆ, ਮਰ ਗਿਆ ਜੀ ਆਦੂ ਹੈਗਾ ਸੀ।
ਮੈਂ ਦੋ ਨਾਂ ਉਹਨਾਂ ਨੂੰ ਦੱਸੇ ਜੀ ਆਦੂ ਆ ਥੋੜੀ ਦੇਰ ਹੀ ਹੋਈ ਫੌਤ ਹੈ ਆਦੂ ਤੇ ਜਬਰ ਜਬਰੂ ਮਸੀਹ ਅੱਛਾ ਪਿੰਡ ਕਾਫੀ ਵੱਡਾ ਸਾਨੂੰ ਕੋਈ ਪਤਾ ਨਹੀਂ ਚੱਲ ਰਿਹਾ ਜੇ ਅਗਰ ਤੁਹਾਡਾ ਪੁਰਾਣਾ ਘਰ ਹੀ ਮੈਂ ਕਿਹਾ ਚੱਲ ਇਹਦੇ ਨਾਲ ਹੀ ਮੈਂ ਕਿਹਾ ਯਾਦਗਾਰੀ ਫੋਟੋ ਲੈ ਮਾਲ ਡੰਗਰ ਬੰਨਦੇ ਹੁੰਦੇ ਉਦੋਂ ਤੋਂ ਸ਼ਾਇਦ ਕਹਿੰਦੇ ਛਾਪੇ ਪਏ ਹੁੰਦੇ ਪਾਕਿਸਤਾਨ ਤੋਂ ਬਾਅਦ ਪਾਰਟੀਸ਼ਨ ਤੋਂ ਪਹਿਲੇ ਪ੍ਰੀ ਪਾਰਟੀਸ਼ਨ ਦੋ ਤਿੰਨ ਗੇਟ ਹੋਰ ਵੀ ਸਾਰੇ ਇਸ ਤਰ੍ਹਾਂ ਦੇ ਦੋ ਪੱਤੀਆਂ ਸਨ ਜੀ ਇਹਦੀਆਂ ਪਿੰਡ ਦੀਆਂ ਇੱਕ ਸੀ ਸਰਦਾਰ ਠਾਕਰ ਸਿੰਘ ਨੰਬਰਦਾਰ ਦੀ ਦੂਸਰੀ ਸੀ ਸਰਦਾਰ ਹਰਨਾਮ ਸਿੰਘ ਨੰਬਰਦਾਰ ਦੀ ਇਹ ਸਰਦਾਰ ਠਾਕਰ ਸਿੰਘ ਦੀ ਸੀ ਦੂਸਰੀ ਸਰਦਾਰ ਹਰਨਾਮ ਸਿੰਘ ਇੰਨਾ ਕਹੀ ਇੱਕ ਸਾਈਡ ਤੇ ਕੱਚਾ ਹੁੰਦਾ ਸੀ ਖੁੱਲਾ ਮਾਲ ਡੰਗਰ ਹੁੰਦਾ ਸੀ ਅੱਗੇ ਆ ਡਿਉੜੀ ਸੀ ਤੇ ਇਹਦੇ ਚ ਥੋੜੇ ਚਿੱਤਰਕਾਰੀ ਕੀਤੀ ਸੀ ਬਸ ਇਸ ਤਰ੍ਹਾਂ ਪਤਾ ਨੀ ਡਿਉੜੀ ਇਹੋ ਜਿਹੀ ਉਹੋ ਹੀ ਛਾਇਆ ਸੀ ਪੁਰਾਣਾ ਬੰਦਾ ਕੋਈ ਨੀ ਜਿਹੜਾ ਦੱਸ ਸਕੇ ਬਜ਼ੁਰਗ ਜਿਹੜੇ ਨੇ ਨਾ
ਇਹਨਾਂ ਦਾ ਜਨਮ ਨਾ ਇਸ ਪਿੰਡ ਚ ਪੈਦਾ ਹੋਇਆ ਸੀ, ਛੋਟੇ ਸੀਗੇ ਤੇ ਜ਼ਿਆਦਾ ਪਤਾ ਨਹੀਂ ਸੀਗਾ, ਤੇ ਸਾਨੂੰ ਨਾ ਇੱਥੇ ਕੋਈ ਅਸੀਂ ਲੱਭ ਰਹੇ ਸੀਗੇ ਸਿੰਧਾ ਕੋਈ ਹੋਵੇ। ਅੱਛਾ।